ਆਪਾਂ ਬਣਾਉਣ ਲੱਗੇ ਹਾਂ ਖੋਪੇ ਦੀ ਬਰਫੀ ਬਰਾਦੇ ਦੀ ਆਹ ਬਰਾਦਾ ਲਿਆ ਵਾ ਆਹ ਪੌਣੀ ਕੁ ਕੌਲੀ ਆ ਲਿੱਕੀ ਜਿਹੜੀ ਹੁੰਦੀ ਆ ਅਤੇ ਇੰਨੀ ਕੁ ਮਲਾਈ ਲਈ ਆ ਅਤੇ ਆਪਾਂ ਇਹ ਡੇਢ ਕੌਲੀ ਦੁੱਧ ਹੀ ਲਵਾਂਗੇ ਅਤੇ ਅੱਧੀ ਕੌਲੀ ਲਵਾਂਗੇ ਖੰਡ ਦੀ ਅਤੇ ਸ਼ੁਰੂ ਕਰਦੇ ਹਾਂ ਦੁੱਧ ਪਾਉਣ ਲੱਗੇ ਹਾਂ ਵਿੱਚ ਡੇਢ ਕੌਲੀ ਪਾਵਾਂਗੇ ਦੁੱਧ ਦੀ ਫਿਰ ਚੰਗੀ ਤਰ੍ਹਾਂ ਉਬਾਲਾ ਦੇ ਕੇ ਅਤੇ ਫਿਰ ਗਾਂ ਦਾ ਜਿਵੇਂ ਲਿਆ ਵਾ ਜਿੰਨਾ ਬਰਾਬਰ ਲਿਆ ਨਾ ਉਹ ਚੌਥੀ ਪਾਈ ਆ ਅਤੇ ਪੌਣੀ ਚੌਥੀ ਸੀਗੀ ਅਤੇ ਖੰਡ ਖੋਲੀ ਵਿੱਚ ਪਹਿਲੇ ਵਿੱਚ ਮਿਲਣਾ ਸੀਗਾ ਇਹ ਖੋਪੇ ਦਾ ਬਰਾਦਾ ਸੀਗਾ ਇਹਦੇ ਵਿੱਚ ਪੰਜ ਸੱਤ ਗਿਰੀਆਂ ਪਾ ਲਈਆਂ ਸੀ ਆਪਾਂ ਬਦਾਮ ਦੇ ਵਿੱਚ ਗ੍ਰੈਂਡ ਕਰ ਲਈਆਂ ਸੀ ਪਾ ਕੇ ਇਹਨੂੰ ਪਾ ਕੇ ਅਤੇ ਵਿੱਚ ਨਾਲੇ ਨਾਲੇ ਮਿਕਸ ਕਰ ਦਿੱਤੇ ਇੱਕ ਮਿੰਟ ਵਿੱਚ ਹੀ ਵਧੀਆ ਬਣ ਜਾਣਾ ਵਾ ਬਾਕੀ ਦੀ ਸ਼ੇਪ ਜੀ ਲੈ ਲਈ ਇੱਕ ਮਿੰਟ ਹੋ ਗਈ ਵਿੱਚ ਮਲਾਈ ਪਾਈ ਆ ਇਹਨਾਂ ਨਾ ਫਿਰ ਮੈਂ ਸੌਫਟ ਜਿਹੀ ਬਣ ਜਾਵੇਗੀ ਵਧੀਆ ਕੋਈ ਹੋਰ ਸਵਾਦ ਬਣ ਰਿਹਾ ਇਹਦੇ ਰਸ ਵਧੀਆ ਇੱਕ ਮਿੰਟ ਪਾਉਣ ਪਾਉਣ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਫਿਰ ਸਾਰੀ ਵੀ ਪਾ ਦਿੰਦੇ ਇੱਕ ਮਿੰਟ ਕੁ ਸੇਕ ਜਿਹਾ ਹੋ ਲਵਾਂਗੇ ਮਾੜਾ ਜਿਹਾ ਫਿਰ ਆਪਾਂ ਠੰਡੀ ਕਰਕੇ ਅਤੇ ਇਹਨੂੰ ਸ਼ੇਕ ਦੇ ਦਿਆਂਗੇ ਵਧੀਆ ਵਧੀਆ ਆਪਾਂ ਇਹਨੂੰ ਇੱਕ ਵਾਰੀ ਥਾਲੀ ਦੇ ਵਿੱਚ ਇਸ ਤਰ੍ਹਾਂ ਜਮਾ ਲਿਆ ਵਾ ਪੀਸ ਕੱਟਣ ਵਾਸਤੇ ਇਹਦੇ ਉੱਤੇ ਹੁਣ ਆਪਾਂ ਪਾ ਦੇਵਾਂਗੇ ਬਦਾਮ ਦੀ ਕਤਲ ਇਹਦੇ ਨਾਲ ਸੋਹਣੀ ਬਣ ਜਾਊਗੀ ਤਾਂ ਬਰਫੀ ਖਾਣ ਦੇ ਵੀ ਟੇਸਟੀ ਬਣ ਜਾਊਗੀ ਮਾੜਾ ਮਾੜਾ ਦੇ ਵਿੱਚ ਨੱਪ ਦਿਆਂਗੇ ਜਿਹਨੂੰ ਬਾਅਦ 'ਚ ਕੱਟ ਕੇ ਖਾਵਾਂਗੇ ਤੁਹਾਨੂੰ ਕਿਹੋ ਬੜੀ ਬਰਫੀ ਅਤੇ ਸਾਡੀ ਫਿਰ ਤੁਸੀਂ ਦੱਸਿਓ ਬਰਫੀ ਤੁਹਾਨੂੰ ਇਹ ਡਿਸ਼ ਬਣਾਈ ਕਿਹੋ ਜਿਹੀ ਲੱਗੀ ਅਤੇ ਇਹਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕੋਈ ਹੋਰ ਨਵੀਂ ਚੀਜ਼ ਬਣਾਉਣ ਵਾਸਤੇ ਵੀ ਸਾਨੂੰ ਦੱਸਦਿਆ ਕਰੋ ਅਸੀਂ ਉਹ ਬਣਾਵਾਂਗੇ ਨਵੀਂ ਚੀਜ਼ ਇੱਕ ਬਣਾਵਾਂਗੇ ਹੋਰ ਵੀ ਕੋਈ ਚੀਜ਼ਾਂ ਤਾਂ ਸਾਰੀਆਂ ਪਹਿਲਾਂ ਵਾਲੀਆਂ ਖਾਂਦੇ ਪਰ ਨਵੀਂ ਜਿਹੜੀ ਬਣਾਉਂਦਾ ਉਹਨੂੰ ਨਵੀਂ ਹੁੰਦੀਆਂ ਸਾਰੀਆਂ ਇਹ ਬਰਫੀ ਬਣ ਕੇ ਤਿਆਰ ਹੋ ਗਈ ਆ ਪੀਸ ਕੱਟ ਲਏ ਆ ਅਤੇ ਕਿੰਨੇ ਸੋਹਣੇ ਪੀਸ ਬਣੇ ਬਰਫੀ ਦੇ ਅਤੇ ਕਿੰਨੀ ਸੌਫਟ ਬਣੀ ਆ ਵੇਖੋ ਬਹੁਤ ਸੋਹਣੀ ਬਣੀ ਆ ਤੁਸੀਂ ਵੀ ਐਂ ਬਣਾਇਓ ਅਤੇ ਬਣਾ ਕੇ ਸਾਨੂੰ ਦੱਸਿਓ ਵੀ ਕਿਸ ਤਰ੍ਹਾਂ ਦੀ ਬਣਦੀ ਆ ਅਤੇ ਸਾਡੀ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ